वाहेगुरु जी का खालसा, वाहेगुरु जी की फतेह। हेलो एवरीवन गाइस, वेलकम टू माय यूट्यूब चैनल बंगा फोड़ा पीवी सती, जो कि आज 13 तरीक का दूजा पार्ट है 13 तरीक का वाला, ते जो कि गुरुद्वारा चुकसैन साहब वा फगवाड़े दे विच, और ये आपां तुहानूं दर्शन करावांगे विसाखी दे, जो कि उत्थे मेले दे नाल विसाखी दे मेले दे नाल खुशियां आउंदियां ने, ते तुहानूं दिखाईए मेला उत्थों दा। ते आज आपां बिना रुके चलदे आ मेला वेखण, ते दिखाईए तुहानूं कराईए दर्शन गुरुद्वारे दे। आ जाओ गाइस, मेला भी दिखाईए तुहानूं नाल। ਤੁਸੀਂ ਆ ਵੇਖ ਸਕਦੇ ਹੋ ਕਿ ਰੈਕੋਰਡੇਸ਼ਨ ਕਿੰਨੀ ਸੋਹਣੀ ਕੀਤੀ ਹੋਈ ਆ, ਜੋ ਕਿ ਸੁਖਸੈਨ ਸਾਹਿਬ ਦੇ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬਹੁਤ ਸੋਹਣਾ ਲਿਖਿਆ ਹੋਇਆ ਹੈ, ਜਿਨ੍ਹਾਂ ਨੇ ਵੀ ਲਿਖਿਆ ਬਹੁਤ ਸੋਹਣਾ ਲਿਖਿਆ ਹੈ। ਇੱਕ ਓਂਕਾਰ ਵੀ ਬਹੁਤ ਸੋਹਣਾ ਲਿਖਿਆ ਹੋਇਆ, ਡੈਕੋਰੇਸ਼ਨ ਕੀਤਾ ਹੋਇਆ ਫੁੱਲਾਂ ਦੇ ਨਾਲ, ਬਹੁਤ ਹੀ ਵਧੀਆ ਲੱਗ ਰਿਹਾ ਹੈ ਇੱਦਾਂ ਦਾ ਡੈਕੋਰੇਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਇਲਾਕਾ ਨਿਵਾਸੀਆਂ ਨੂੰ ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਵਿਸਾਖੀ ਦੇ ਦਿਹਾੜੇ ਤੇ ਅਸੀਂ ਠੰਡੇ ਮਿੱਠੇ ਛਲ ਦੀ ਛਬੀਲ ਲਾਈ ਹੈ ਜੀ, ਸਾਰੀ ਸੰਗਤ ਦਰਬਾਰ ਰਹੇ ਹਾਂ। ਮਹਾਰਾਜ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी गाइस, तो मेरे को वीडियो तो थोड़ी जी बनी है, क्योंकि आप जा रहे हैं अज IPL का मैच वेखन, तो वेखन जो कि मेरे को टाइम नहीं हैगा, तो करके थोड़ी घट वीडियो दिखाई है 4-5 मिनट की। तो बाकी आप तो IPL मैच का भी मिल जूगा, जो कि शनिवार को मैच आ, सो मंगलवार तक मिल जाएगा, एडिट करने का टाइम होगा, तो करके थानू सोमवार या मंगलवार फाइनली मिल जूगा IPL का मैच। तो उत्थे कहिंदे मजा आंदा, पर मैं फर्स्ट टाइम जा रहा हाँ, तां करके मैनूं नॉलेज नहीं कि फर्स्ट टाइम जाके दूजी बार वेखांगे की बनता। तो बाकी पहले 14-13 अप्रैल वाला मैच वेखीए, जो कि तुहानूं 15-16 नूं दे दी एडिट करके ब्लॉग च पा दईए। अगर तुहानूं वीडियो वधिया लगी होवे लाइक कमेंट शेयर जरूर करियो, तो जे तुसीं नवें हो तो नाल नाल सबसक्राइब भी कर दो, जो कि हर एक वीडियो तुहानूं पहले पहुंचे,
ਤੇ ਬਾਕੀਆਂ ਨੂੰ ਬਾਅਦ 'ਚ ਹੋਵੇ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਪਹਿਲੇ ਪਹੁੰਚੇ ਤੇ ਥੈਂਕ ਯੂ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਤੁਹਾਡਾ ਸਾਥ ਆ ਤੁਸੀਂ ਸਪੋਰਟ ਕਰਨੀ ਮੈਨੂੰ ਤੇ ਜੋ ਕਿ ਆਪਾਂ ਲਾਈਵ ਵੀ ਦੇ ਰਹੇ ਹਾਂ ਰੋਜ਼ ਦਾ 11 ਜੋਤਾਂ ਦਾ ਤੇ ਜੋ 11 ਜੋਤਾਂ ਦੀ ਲਾਈਵ ਹੋ ਰਹੀ ਹੈ ਫਗਵਾੜਾ ਦੇ ਵਿੱਚ ਉਹ ਨਰਾਤਿਆਂ ਦੇ ਵਿੱਚ ਹੁੰਦੀ ਆ ਜੋ ਕਿ ਆਪਣਾ ਹੈਗਾ ਆ 17 ਤਰੀਕ ਤੱਕ ਰਾਮਨੌਮੀ ਵਾਲੇ ਦਿਨ ਤੱਕ ਜੋ ਕਿ ਹਰ ਸਾਲ ਵਾਰ ਮਨਾਇਆ ਜਾਂਦਾ ਤੇ 9ਵਾਂ ਮਾਹ ਦਾ ਨਰਾਤਾ ਆ ਤੇ ਤੁਸੀਂ ਜ਼ਰੂਰ ਉੱਥੇ ਆਇਓ ਗੌਰਮੈਂਟ ਸਕੂਲ ਆ ਗੌਰਮੈਂਟ ਸਕੂਲ ਦੇ ਗਰਾਊਂਡ ਦੇ ਵਿੱਚ ਨਰਾਤਿਆਂ ਲਈ 11 ਜੋਤਾਂ ਰੱਖੀਆਂ ਆ ਤੇ ਉੱਥੇ ਹੀ ਰਾਤ ਨੂੰ ਚੌਂਕੀ ਹੁੰਦੀ ਆ 8 ਵਜੇ ਤੋਂ ਲੈ ਕੇ 11 ਵਜੇ ਤੱਕ ਬਾਕੀ ਬਾਬੇ ਦੀ ਇੱਛਾ ਲੇਟ ਹੋ ਸਕਦੀ ਜਲਦੀ ਹੋ ਸਕਦੀ ਸਮਾਪਤ ਤੇ ਤੁਸੀਂ ਜ਼ਰੂਰ ਉੱਥੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। We'll be right back.